ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਕੰਟੈਂਪਰੇਰੀ ਰੈਲੇਵੈਂਸ ਆਫ ਕਮਿਊਨਿਟੀ ਇੰਗੇਜਮੈਂਟ ਸਮੁਦਾਇਕ ਸ਼ਮੂਲੀਅਤ ਦੀ ਸਮਕਾਲੀਨ ਪ੍ਰਸੰਗਿਕਤਾ ਮੀਨਸ ਹੁਣ ਦੇ ਟਾਈਮ ਦੇ ਵਿੱਚ ਜਿਹੜੀ ਅਸੀਂ ਕਮਿਊਨਿਟੀ ਇੰਗੇਜਮੈਂਟ ਦੀ ਗੱਲ ਕਰਦੇ ਹਾਂ ਉਹ ਕਿੰਨੇ ਕੋ ਰੈਲੇਵੈਂਟ ਹੈ ਫਰਸਟ ਇਹਦੇ ਵਿੱਚ ਹੈ ਐਜੂਕੇਸ਼ਨਲ ਕੰਟਰੋਲ ਐਂਡ ਗਾਈਡੈਂਸ ਪਹਿਲੀ ਜਿਹੜੀ ਦੀ ਰੈਲੇਵੈਂਸੀ ਇਸ ਗੱਲ ਤੋਂ ਸ਼ੋਅ ਹੁੰਦੀ ਹੈ ਕਿਉਂਕਿ ਇੱਕ ਤਾਂ ਇਹ ਐਜੂਕੇਸ਼ਨ ਦੇ ਉੱਪਰ ਕੰਟਰੋਲ ਕਰਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਦੇਖੋ ਕਮਿਊਨਿਟੀ ਹੋਏਗੀ ਉਸ ਤਰੀਕੇ ਦੀ ਹੀ ਜਿਹੜੀ এডੂਕੇਸ਼ਨ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਮੀਨਸ ਕਿ এডੂਕੇਸ਼ਨ ਦੇ ਉੱਪਰ ਪੂਰਾ ਕੰਟਰੋਲ ਹੁੰਦਾ ਨੈਕਸਟ ਇਹਦੇ ਨਾਲ ਹੈ ਗਾਈਡੈਂਸ ਇਹ ਬੱਚਿਆਂ ਨੂੰ ਗਾਈਡੈਂਸ ਵੀ ਉਸ ਤਰ੍ਹਾਂ ਦੀ ਦਿੰਦੀ ਹੈ ਜਿਸ ਤਰ੍ਹਾਂ ਦੀ ਕਮਿਊਨਿਟੀ ਦੇ ਵਿੱਚ ਬੱਚਾ ਰਹਿ ਰਿਹਾ ਹੁੰਦਾ ਹੈ ਐਜੂਕੇਸ਼ਨਲ ਗਾਈਡੈਂਸ ਵੀ ਜ਼ਰੂਰੀ ਹੈ ਤੇ ਐਜੂਕੇਸ਼ਨਲ ਕੰਟਰੋਲ ਵੀ ਜ਼ਰੂਰੀ ਹੈ ਹੁਣ ਜਿਸ ਤਰ੍ਹਾਂ ਦੀ ਸੋਸਾਇਟੀ ਦੇ ਨੀਡਸ ਹੋਣਗੀਆਂ ਉਸੇ ਤਰੀਕੇ ਨਾਲ ਹੀ ਬੱਚੇ ਨੂੰ ਜਿਹੜੀ ਐਜੂਕੇਸ਼ਨਲ ਗਾਈਡੈਂਸ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਨੈਕਸਟ ਹੈ ਪ੍ਰੋਵਾਈਡਿੰਗ ਇਨਫੋਰਮੇਸ਼ਨ मींस ਆਫ এডੂਕੇਸ਼ਨ ਸੌਰੀ ਪ੍ਰੋਵਾਈਡਿੰਗ ਇਨਫਾਰਮਲ मींस ਆਫ এডੂਕੇਸ਼ਨ ਇਨਫਾਰਮਲ मींस ਕਿ ਜਿਹੜੇ ਅਸੀਂ ਕਮਿਊਨਿਟੀ ਦੇ ਵਿੱਚੋਂ ਲੈਨੇ ਆ मींस ਆਫ এডੂਕੇਸ਼ਨ ਸਿੱਖਿਆ ਦੇ ਸਾਧਨ ਉਹ ਕੌਣ ਪ੍ਰੋਵਾਈਡ ਕਰਦਾ ਹੈ ਕਮਿਊਨਿਟੀ ਹੁਣ ਕਮਿਊਨਿਟੀ ਦੇ ਵਿੱਚ ਜਦੋਂ ਬੱਚਾ ਨੂੰ ਅਸੀਂ ਲੈ ਕੇ ਜਾਂਦੇ ਹਾਂ ਅਸੀਂ ਕੋਈ ਵੀ ਚੀਜ਼ ਸਿਖਾਉਣੀ ਹੈ ਭਾਵੇਂ ਅਸੀਂ ਕੋਈ ਬਿਰਦਾ ਆਸ਼ਰਮ ਉੱਥੇ ਲੈ ਕੇ ਜਾ ਰਹੇ ਹਾਂ ਹੈ ਤਾਂ ਕਮਿਊਨਿਟੀ ਦਾ ਪਾਰਟ ਕਮਿਊਨਿਟੀ ਦੇ ਲੋਕ ਰਹਿ ਰਹੇ ਨੇ ਤਾਂ ਉੱਥੇ ਦੇਖੋ ਬੱਚੇ ਕੀ ਸਿੱਖਣਗੇ ਕਿ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਆਪਣੇ ਪੇਰੈਂਟਸ ਨਾਲ ਮਿਸਬੀਹੇਵ ਨਹੀਂ ਕਰਨਾ ਚਾਹੀਦਾ ਤਾਂ ਕਿ ਵੀ ਜਿਹੜੀ ਕਮਿਊਨਿਟੀ ਇੰਗੇਜਮੈਂਟ ਹੈ ਉਹ ਬੱਚਿਆਂ ਨੂੰ ਇਨਫਾਰਮਲ ਮੀਨਸ ਆਫ ਐਜੂਕੇਸ਼ਨ ਵੀ ਪ੍ਰੋਵਾਈਡ ਕਰਦੀ ਹੈ ਕਿ ਜਿਹੜਾ ਬੱਚਾ ਹੋਈ ਇਕੱਲਾ ਸਕੂਲ ਦੇ ਵਿੱਚੋਂ ਹੀ ਨਹੀਂ ਸਿੱਖਦਾ ਕਮਿਊਨਿਟੀ ਦੇ ਵਿੱਚੋਂ ਵੀ ਸਿੱਖਦਾ ਹੈ ਨੈਕਸਟ ਹੈ ਮੇਨਟੇਨੈਂਸ ਆਫ ਇਨਫਰਾਸਟਰਕਚਰ ਫਿਰ ਜਿਹੜਾ ਇਨਫਰਾਸਟਰਕਚਰ ਸਕੂਲਸ ਦੇ ਵਿੱਚ ਜਿਹਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਵੀ ਕਮਿਊਨਿਟੀ ਇੰਗੇਜਮੈਂਟ ਦੇ ਨਾਲ ਹੀ ਪੂ ਮੇਨਟੇਨ ਕੀਤਾ ਜਾਂਦਾ ਕਿਉਂਕਿ ਜਿਸ ਤਰ੍ਹਾਂ ਦੀ ਕਮਿਊਨਿਟੀ ਹੈ ਉਸ ਤਰ੍ਹਾਂ ਦੀ ਉਹਦੀ ਨੀਡਸ ਨੇ ਉਹਦੇ ਅਕੋਰਡਿੰਗ ਹੀ ਸਕੂਲਸ ਦੇ ਵਿੱਚ ਬੱਚਿਆਂ ਨੂੰ ਜਿਹੜਾ ਇਨਫਰਾਸਟ੍ਰਕਚਰ ਉਹ ਚਾਹੀਦਾ ਹੁੰਦਾ ਮਿੰਜਸਾਰਾ ਸਾਦੇ ਉਸਮਾਨ ਸਕੂਲ ਦੇ ਵਿੱਚ ਜਿਵੇਂ ਕਿ ਕਮਰੇ ਹੈ ਬੈਠਣ ਦੇ ਲਈ ਬੈਂਚ ਨਹੀਂ ਪੜਾਉਣ ਦੇ ਲਈ ਟੀਚਰ ਕਿਸ ਤਰ੍ਹਾਂ ਦਾ ਜਿਹੜਾ ਟੀਚਿੰਗ ਏਡਸ ਯੂਜ਼ ਕਰ ਰਿਹਾ ਕੋਈ ਪ੍ਰੋਜੈਕਟਰ ਯੂਜ਼ ਕੀਤੇ ਜਾ ਰਹੇ ਨੇ ਕੋਈ ਗਰਮੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਬੱਚਿਆਂ ਦੇ ਲਈ ਇਹ ਸਾਰਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਕਮਿਊਨਿਟੀ ਇੰਗੇਜਮੈਂਟ ਜੇ ਸਮੁਦਾਇ ਦੇ ਵਿੱਚ ਸ਼ਮੂਲੀਅਤ ਹੋएगी ਉਹਦੇ ਅਕੋਰਡਿੰਗ ਹੀ ਮੇਨਟੇਨ ਕੀਤਾ ਜਾਏਗਾ ਨੈਕਸਟ ਹੈ ਪ੍ਰੋਵਾਈਡਸ ਬੇਸਿਕ ਫੈਸਿਲਿਟੀਆਂ ਟੂ ਸਕੂਲਸ ਫਿਰ ਹਰੇਕ ਸਕੂਲ ਦੇ ਆ ਕੁਝ ਇਸ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਹੁੰਦੀਆਂ ਨੇ ਜਿਹੜੀ ਕਿ ਉਹਨਾਂ ਬੱਚਿਆਂ ਨੂੰ ਦੇਣੀਆਂ ਹੁੰਦੀਆਂ ਨੇ ਜਿਵੇਂ ਕਿ ਮੇਨ ਬੱਚਿਆਂ ਨੇ ਪਾਣੀ ਪੀਣਾ ਉਹਨਾਂ ਦੇ ਜਾਣ ਲਈ ਵਾਸ਼ਰੂਮ ਵਗੈਰਾ ਹੈਗੇ ਆ ਤੇ ਉਹਨਾਂ ਦੀ ਲਈ ਜਿਹੜੀ ਬਿਲਡਿੰਗ ਉਹ ਗਰਮੀ ਸਰਦੀ ਸੂਟੇਬਲ ਹੈ ਮੀਨਸ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਦੇਖੋ ਪੱਖਿਆਂ ਦੀ ਜ਼ਰੂਰਤ ਪੈਂਦੀ ਹੈ વોટર কুলਰ ਚਾਹੀਦਾ ਹੈ ਇਹ ਨਹੀਂ ਬੇਸਿਕ ਫੈਸਿਲਿਟੀ ਜਿਹੜੀਆਂ ਕਿ ਇੱਕ ਸਕੂਲ ਨੇ ਪ੍ਰੋਵਾਈਡ ਕਰਨੀਆਂ ਹੁੰਦੀਆਂ ਨੇ ਹੁਣ ਸਕੂਲ ਇਕੱਲਾ ਆਪਣੇ ਵੱਲੋਂ ਨਹੀਂ ਇਹ ਸਾਰੇ ਐਫਰਟਸ ਕਰ ਸਕਦਾ ਜਿਹੜੀ ਕਮਿਊਨਿਟੀ ਹੈ ਉਹ ਸਕੂਲ ਦੀ ਹੈਲਪ ਕਰਦੀ ਹੈ ਇਹਨਾਂ ਫੈਸਿਲਿਟੀਆਂ ਨੂੰ ਪ੍ਰੋਵਾਈਡ ਕਰਨ ਦੇ ਵਿੱਚ ਨੈਕਸਟ ਹੈ ਇਟ ਸਟੈਬਲਿਸ਼ਸ ਗੁੱਡ ਰਿਲੇਸ਼ਨਸ਼ਿਪ ਬੀਟਵੀਨ ਪੇਰੈਂਟਸ ਐਂਡ ਟੀਚਰਸ ਹੁਣ ਜੋ ਕਮਿਊਨਿਟੀ ਇੰਗੇਜਮੈਂਟ ਹੈ ਉਹਦੀ ਅਗਲੀ ਰੈਲੇਵੈਂਸੀ ਇਸ ਗੱਲ ਤੋਂ ਹੈ ਕਿ ਇਹਦੇ ਨਾਲ ਜਿਹੜੇ ਪੇਰੈਂਟਸ ਤੇ ਟੀਚਰਸ ਨੇ ਉਹਨਾਂ ਦੇ ਵਿਚਕਾਰ ਜਿਹੜਾ ਵਧੀਆ ਸਬੰਧ ਹੈ ਉਹ ਸ ਕਿਉਂਕਿ ਕਮਿਊਨਿਟੀ ਦੇ ਵਿੱਚੋਂ ਹੀ ਪੇਰੈਂਟਸ ਆਉਂਦੇ ਨੇ ਉਹੀ ਬੱਚੇ ਉਹਨਾਂ ਦੇ ਪੜ੍ਹ ਰਹੇ ਹੁੰਦੇ ਨੇ ਤੇ ਉਹੀ ਐਜੇ ਪੇਰੈਂਟ ਸਕੂਲ ਦੇ ਵਿੱਚ ਟੀਚਰਸ ਨਾਲ ਮਿਲਦੇ ਨੇ ਟੀਚਰ ਸਕੂਲ ਦੀਆਂ ਪ੍ਰੋਬਲਮਸ ਦੱਸਦੇ ਨੇ ਤੇ ਪੇਰੈਂਟਸ ਮਿਲ ਕੇ ਉਹਨਾਂ ਦੀ ਹੈਲਪ ਕਰਦੇ ਨੇ ਤੇ ਇਹਦੇ ਨਾਲ ਉਹਨਾਂ ਦੇ ਵਿੱਚ ਜਿਹੜੇ ਵਧੀਆ ਰਿਲੇਸ਼ਨਸ਼ਿਪ ਨੇ ਉਹ ਸਥਾਪਿਤ ਹੁੰਦੇ ਆ ਨੈਕਸਟ ステਪ ਟੂ ਪ੍ਰੋਵਾਈਡ ਸਕਿਲਡ ਐਜੂਕੇਟਰਸ ਟੂ ਸਕੂਲ ਫਿਰ ਕਮਿਊਨਿਟੀ ਇੰਗੇਜਮੈਂਟ ਜਾਂ ਕੇ ਲੋਕ ਕਮਿਊਨਿਟੀ ਦੇ ਵਿੱਚ ਸ਼ਮੂਲੀਅਤ ਪਾਰਟਿਸਪੇਸ਼ਨ ਦਾ ਅਗਲੀ ਜਿਹੜੀ ਰੈਲੇਵੈਂਸੀ ਇਸ ਪੱਖ ਤੋਂ ਹੈ ਕਿਉਂਕਿ ਇਹਦੇ ਨਾਲ ਸਾਨੂੰ ਜਿਹੜੇ ਸਕੂਲ ਨੇ ਉਹਨਾਂ ਨੂੰ ਸਕਿਲਡ ਐਜੂਕੇਟਰਸ ਮਿਲਦੇ ਨੇ ਮੀਨਸ ਉਹ ਜਿਨ੍ਹਾਂ ਟੀਚਰਸ ਨੇ ਪੜ੍ਹਾਉਣਾ ਐ ਐਜੂਕੇਟਰ ਨੇ ਜਿਹੜੇ ਐਜੂਕੇਸ਼ਨ ਦੇਣੀ ਐ ਉਹ ਸਕਿਲਸ ਸਿੱਖਦੇ ਆ ਵੱਖ-ਵੱਖ ਤਰ੍ਹਾਂ ਦੇ ਹੋਂਰ ਸਿੱਖਦੇ ਆ ਸਮਾਜ ਦੇ ਵਿੱਚ ਵਿਚਰਨ ਦੇ ਸਮਾਜ ਦੇ ਵਿੱਚ ਰਹਿਣ ਦੇ ਕਮਿਊਨਿਟੀ ਦੀਆਂ ਪ੍ਰੋਬਲਮਸ ਕਿਵੇਂ ਸੋਲਵ ਕਰਨੀਆਂ ਨੇ ਹੁਣ ਜਦੋਂ ਉਹਨਾਂ ਕੋਲੇ ਸਕਿਲਸ ਹੋਣ ਗਿਆ ਤਾਂ ਉਹੀ ਦੇਖੋ ਟੀਚਰ ਬਣ ਕੇ ਅੱਗੇ ਸਕੂਲ ਦੇ ਵਿੱਚ ਆਉਣਗੇ ਜਾਂ ਕਿਸੇ ਹੋਰ ਤਰੀਕੇ ਨਾਲ ਸਕੂਲ ਦੀ ਹੈਲਪ ਕਰਨਗੇ ਨੈਕਸਟ ਐ ਅਰੇਂਜਮੈਂਟ ਆਫ ਬੁక్స్ ਫਾਰ ਸਕੂਲ ਲਾਇਬ੍ਰੇਰੀ ਫਿਰ ਜਿਹੜੀ ਕਮਿਊਨਿਟੀ ਇੰਗੇਜਮੈਂਟ ਹੈ ਉਹਦੇ ਨਾਲ ਸਕੂਲ ਦੀ ਜਿਹੜੀ ਲਾਇਬ੍ਰੇਰੀ ਹੈ ਉਹਦੇ ਵਿੱਚ ਬੁక్స్ ਦਾ ਅਰੇਂਜਮੈਂਟ ਵੀ ਕੀਤਾ ਜਾਂਦਾ ਉਹਦੀ ਹੈਲਪ ਦੇ ਨਾਲ ਕਿਉਂਕਿ ਅਸੀਂ ਹੁਣ ਕਈ ਵਾਰ ਦੇਖਦੇ ਆਂ ਵੀ ਕਈ ਬੱਚਿਆਂ ਦੇ ਬਰਥਡੇ ਹੁੰਦੇ ਆ ਸਕੂਲਾਂ ਦੇ ਵਿੱਚ ਤਾਂ ਕਈ ਸਕੂਲਾਂ ਕੀ ਕਹਿੰਦੇ ਵੀ ਪਲਾਂਟਸ ਲਗਾਓ ਹੈਨਾ ਤਾਂ ਕਈ ਬੱਚੇ ਜਿਸ ਤਰ੍ਹਾਂ ਦੇ ਮੀਨਜ਼ ਪੇਰੈਂਟਸ ਹੋਣਗੇ ਉਹ ਬੱਚੇ ਦੀ ਸਕੂਲ ਦੀ ਲਾਇਬ੍ਰੇਰੀ ਨੂੰ ਬੁక్స్ ਡੋਨੇਟ ਕਰਦੇ ਆ ਤਾਂ ਹੁਣ ਇਹਦੇ ਨਾਲ ਕੀ ਬੈਨੀਫਿਟ ਹੁੰਦਾ ਬੱਚਿਆਂ ਨੂੰ ਤੇ ਇਸ ਤੋਂ ਬਿਨਾ ਹੋਰ ਵੀ ਜੇਕਰ ਬੁਕਸ ਘਟ ਨੇ ਜਾਂ ਕੁਝ ਲੱਗਦਾ ਹੈਗਾ ਵੀ ਸਾਡੇ ਬੱਚਿਆਂ ਦੇ ਲਈ ਪੜ੍ਹਨ ਦੇ ਲਈ ਇਸ ਤਰ੍ਹਾਂ ਦਾ ਮਟੀਰੀਅਲ ਹੋਣਾ ਚਾਹੀਦਾ ਸੀ ਬੱਚਿਆਂ ਨੂੰ ਚ ਮੋਰਲ ਵੈਲਿਊਜ਼ ਪੈਦਾ ਕਰਨੀਆਂ ਨੇ ਸਟੋਰੀਜ਼ ਹੋਣ ਜਾਂ ਅਸੀਂ ਰੀਡਿੰਗ ਸਕਿਲ ਡਿਵੈਲਪ ਕਰਨੀਆਂ ਤਾਂ ਉਹਨਾਂ ਨਾਲ ਜਿਹੜੀਆਂ ਰੈਲੇਵੈਂਟ ਬੁਕਸ ਨੇ ਉਹ ਬੱਚਿਆਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਬਾਏ ਕਮਿਊਨਿਟੀ ਨੈਕਸਟ ਕਮਿਊਨਿਟੀ ਪ੍ਰੋਵਾਈਡਸ ਐਜੂਕੇਟਿਵ এনਵਾਇਰਨਮੈਂਟ ਤੇ ਜਿਹੜੀ ਕਮਿਊਨਿਟੀ ਹੈ ਉਹ ਬੱਚਿਆਂ ਨੂੰ ਸਕੂਲ ਦੇ ਵਿੱਚ ਜਿਹੜਾ ਐਜੂਕੇਟਿਵ এনਵਾਇਰਨਮੈਂਟ ਹੈ ਮੀਨ ਜਿੱਥੇ ਬੱਚੇ ਵਧੀਆ ਤਰੀਕੇ ਨਾਲ ਪੜ੍ਹ ਸਕਣ ਉਹ ਵੀ ਪ੍ਰੋਵਾਈਡ ਕਰਨ ਦੇ ਵਿੱਚ ਹੈਲ ਤੇ ਫਿਰ ਜਿਹੜੀ ਕਮਿਊਨਿਟੀ ਇੰਗੇਜਮੈਂਟ ਆ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਵੈਲਫੇਅਰ ਸਕੀਮਸ ਨੇ ਉਹ ਵੀ ਹੋਣ ਦੇ ਵਿੱਚ ਆਉਂਦੀਆਂ ਨੇ ਬੱਚਿਆਂ ਦੀ ਵੈਲਫੇਅਰ ਵੀ ਇਹਦੇ ਵਿੱਚ ਸ਼ਾਮਿਲ ਹੈ ਤੇ ਜਿਹੜੇ ਕਮਿਊਨਿਟੀ ਦੇ ਵਿੱਚ ਕੋਈ ਪੂਰ ਪੀਪਲ ਰਹਿ ਰਹੇ ਨੇ ਕੋਈ ਨੀਡੀ ਪੀਪਲ ਨੇ ਜਾਂ ਕਿਸੇ ਹੋਰ ਤਰ੍ਹਾਂ ਦੇ ਵੀਕਰ ਸੈਕਸ਼ਨਸ ਨੇ ਉਹਨਾਂ ਸਾਰਿਆਂ ਦੀ ਵੈਲਫੇਅਰ ਦੇ ਲਈ ਭਲਾਈ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਨੇ ਉਹ ਚਲਾਈਆਂ ਜਾਂਦੀਆਂ ਨੇ ਨੈਕਸਟ ਸੋਲੂਸ਼ਨ ਆਫ ਵੇਰੀਅਸ ਪ੍ਰੋਬਲਮਸ ਪਰ ਕਮਿਊਨਿਟੀ ਇੰਗੇਜਮੈਂਟ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਸੋਲੂਸ਼ਨ ਵੀ ਲ ਕਿਉਂਕਿ ਕੋਈ ਵੀ ਸੋਸਾਇਟੀ ਜਿੱਥੇ ਲੋਕ ਰਹਿ ਰਹੇ ਨੇ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਆਉਂਦੀ ਹੈ ਇਸ ਕਰਕੇ ਇਸ ਤਰ੍ਹਾਂ ਦੇ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਜਿਹੜਾ ਸੋਲੂਸ਼ਨ ਆ ਉਹ ਵੀ ਕਮਿਊਨਿਟੀ ਕੋਲ ਹੁੰਦਾ ਕਿਉਂਕਿ ਪੂਰੀ ਕਮਿਊਨਿਟੀ ਨੇ ਮਿਲ ਕੇ ਹੀ ਉਸ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਆ ਉਹ ਲੱਭਣਾ ਤੇ ਉਹਨੂੰ ਦੂਰ ਕਰਨਾ ਹੁੰਦਾ ਜਿਹੜੀਆਂ ਵੀ ਪ੍ਰੋਬਲਮਸ ਆ ਰਹੀਆਂ ਹੁੰਦੀਆਂ ਨੈਕਸਟ ਇਸਪੋਰਟ ਟੂ ਐਜੂਕੇਸ਼ਨ ਫਾਈਨੈਂਸ਼ੀਅਲ ਐਡ ਹੁਣ ਜਿਹੜੀ ਕਮਿਊਨਿਟੀ ਇੰਗੇਜਮੈਂਟ ਹੈ ਮੀਨਸ ਕਮਿਊਨਿਟੀ ਦੇ ਵਿੱਚ ਜੋ ਸ਼ਮੂਲੀਅਤ ਕਰਨਾ ਹੈ ਪਾਰਟਿਸਪੇਸ਼ਨ ਕਰਨੀ ਹੈ ਉਹ ਫਾਈਨੈਂਸ਼ੀਅਲ ਏਡ ਵੀ ਮਿਲਦੀ ਹੈ ਫਾਈਨੈਂਸ਼ੀਅਲ ਏਡ ਕਿਸ ਤਰ੍ਹਾਂ ਦੀ ਜਿਵੇਂ ਕਿ ਸਪੋਜ਼ ਕਰੋ ਟੀਚਰ ਰੱਖਣੇ ਆ ਤਾਂ ਸਕੂਲ ਦੇ ਟੀਚਰ ਦੇਖੋ ਉਹਨਾਂ ਕੋਲ ਕੋਈ ਆਪਣੇ ਕੋਲ ਅਥਾਰਟੀ ਨਹੀਂ ਹੁੰਦੀ ਕਿ ਉਹ ਟੀਚਰ ਖੁਦ ਰੱਖ ਸਕਣ ਜਾਂ ਉਹਨਾਂ ਨੂੰ ਸੈਲਰੀ ਪੇ ਕਰ ਸਕਣ ਤਾਂ ਉਥੇ ਜਿਹੜੇ ਕਮਿਊਨਿਟੀ ਮੈਂਬਰਸ ਹੋਣਗੇ ਉਹ ਟੀਚਰ ਵੀ ਰੱਖਣਗੇ ਤੇ ਆਪਣੇ ਵੱਲੋਂ ਉਸ ਟੀਚਰ ਨੂੰ ਸੈਲਰੀ ਵੀ ਪ੍ਰੋਵਾਈਡ ਕਰਦੇ ਆ ਤਾਂ ਜੋ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਮੀਨਸ ਐਜੂਕੇਸ਼ਨ ਨੂੰ ਜਿਹੜੀ سپورਟ ਹੈ ਉਹ ਡਾਇਰੈਕਟਲੀ অর ਇਨਡਾਇਰੈਕਟਲੀ ਕਮਿਊਨਿਟੀ ਵੱਲੋਂ ਕੀਤੀ ਜਾਂਦੀ ਹੈ ਨੈਕਸਟ ਹੈ ਕੰਟਰੋਲ ਔਨ ਡ੍ਰੌਪ ਆਊਟ অর ਲੋ ਇਨਰੋਲਮੈਂਟ ਰੇਟ ਡ੍ਰੌਪ ਆਊਟ ਮੀਨਸ ਜਿਹੜੇ ਬੱਚੇ ਵਿਚਕਾਰ ਤੋਂ ਸਟੱਡੀ ਛੱਡ ਜਾਂਦੇ ਨੇ ਰੀਜ਼ਨ ਭਾਵੇਂ ਕੋਈ ਵੀ ਹੋਵੇ ਤਾਂ ਇਹਦੇ ਉੱਪਰ ਵੀ ਕੰਟਰੋਲ ਰੱਖਿਆ ਜਾਂਦਾ ਹੈ ਕਮਿਊਨਿਟੀ ਦੀ ਹੈਲਪ ਦੇ ਨਾਲ ਕਿਉਂਕਿ ਕਮਿਊਨਿਟੀ ਹੈਲਪ ਕਰਦੀ ਹੈ ਕਿ ਕੋਈ ਵੀ ਬੱਚਾ ਕਿਸੇ ਵੀ ਰੀਜ਼ਨ ਕਰਕੇ ਸਕੂਲ ਡ੍ਰੌਪ ਨਾ ਕਰੇ ਸਕੂਲ ਛੱਡੇ ਨਾ ਆਪਣਾ ਹੁਣ ਜੇਕਰ ਉਹਨੂੰ ਫਾਈਨੈਂਸ਼ੀਅਲੀ ਹੈਲਪ ਦੀ ਜ਼ਰੂਰਤ ਹੈ ਤਾਂ ਕਮਿਊਨਿਟੀ ਉਹ ਕਰਦੀ ਹੈ ਉਹਦੀ ਹੈਲਪ ਤੇ ਨੈਕਸਟ ਇਹਦੇ ਨਾਲ ਹੀ ਹੈ ਲੋ ਇਨਰੋਲਮੈਂਟ ਰੇਟ ਮਿੰਟਸ ਜਿਹੜੀਆਂ এনਰੋਲਮੈਂਟ ਦਾ ਮਤਲਬ ਹੁੰਦਾ ਐਡਮਿਸ਼ਨਸ ਵੀ ਕਈ ਵਾਰ ਜਿਹੜੀਆਂ ਐਡਮਿਸ਼ਨਸ ਘੱਟ ਹੁੰਦੀਆਂ ਤਾਂ ਉਹਦੇ ਕਿਹੜੇ-ਕਿਹੜੇ ਰੀਜਨਸ ਨੇ ਉਹ ਵੀ ਕਮਿਊਨਿਟੀ ਫਾਈਂਡ ਆਊਟ ਕਰਦੀ ਹੈ ਤੇ ਫਿਰ ਉਹਨਾਂ ਰੀਜਨਸ ਨੂੰ ਦੂਰ ਕਰਕੇ ਜਿਹੜਾ ਐਨਰੋਲਮੈਂਟ ਰੇਟ ਹੈ ਉਹਦੇ ਵਿੱਚ ਵਾਅਦਾ ਵੀ ਕਰਦੀ ਹੈ ਨੈਕਸਟ ਹੈ ਹੈਲਪ ਇਨ ਆਰਗੇਨਾਈਜੇਸ਼ਨ ਆਫ ਅ ਕੋ ਕਰਿਕੂਲਰ ਐਕਟੀਵਿਟੀਆਂ ਫਿਰ ਵੱਖ-ਵੱਖ ਤਰ੍ਹਾਂ ਦੀ ਜਿਹੜੀਆਂ ਕੋ ਕਰਿਕੂਲਰ ਐਕਟੀਵਿਟੀਆਂ ਨੇ ਉਹਨਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਵੀ ਜਿਹੜੀ ਕਮਿਊਨਿਟੀ ਉਹ ਹੈਲਪ ਕਰਦੀ ਹੈ ਕਿਉਂਕਿ ਜਿਹੜੀਆਂ ਐਕਟੀਵਿਟੀਆਂ ਆਰਗੇਨਾਈਜ਼ ਕਰਨੀਆਂ ਨੇ ਭਾਵੇਂ ਕਮਿਊਨਿਟੀ ਦੇ ਵਿੱਚ ਜਾ ਕੇ ਕਰਨੀਆਂ ਨੇ ਤਾਂ ਉੱਥੇ ਜਿਹੜੇ ਕਮਿਊਨਿਟੀ ਦੇ ਪੀਪਲ ਨੇ ਲੋਕ ਨੇ ਉਹ ਆਰਗੇਨਾਈਜ਼ ਕਰਨ ਦੇ ਵਿੱਚ ਹੈਲਪ ਕਰਨਗੇ ਕਿਸ ਤਰੀਕੇ ਨਾਲ ਹੈਲਪ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀਆਂ ਇਹ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਬੱਚੇ ਵੀ ਉਹਨਾਂ ਤੋਂ ਕੁਝ ਸਿੱਖਣਗੇ ਤੇ ਸਾਡੀ ਜਿਹੜੀ ਸੋਸਾਇਟੀ ਹੈ ਉਹਨੂੰ ਅਵੇਅਰ ਕਰਨ ਦੇ ਲਈ ਨੇ ਨੈਕਸਟ ਹੈ ਫਾਰਮੂਲੇਸ਼ਨ ਆਫ ਏਮਸ ਫਿਰ ਕਮਿਊਨਿਟੀ ਇੰਗੇਜਮੈਂਟ ਦੀ ਹੈਲਪ ਦੇ ਨਾਲ ਜਿਹੜੇ ਏਮਸ ਨੇ education ਦੇ aims ਉਹਨਾਂ ਨੂੰ ਵੀ ਨਿਰਧਾਰਿਤ ਕੀਤਾ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਕਮਿਊਨਿਟੀ ਹੋਏਗੀ ਉਸ ਤਰੀਕੇ ਨਾਲ ਹੀ aims of education ਹੋਣਗੇ ਹੁਣ ਜੇਕਰ ਅਸੀਂ ਕਿਸੇ ਬੈਕਵਰਡ ਏਰੀਆ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਲੋਕਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜ਼ਿਆਦਾ এডਿਕੇਸ਼ਨ ਦੀ ਗਾਈਡੈਂਸ ਦੀ ਤਾਂ ਹੁਣ ਸਾਡੇ ਜਿਹੜੇ aims ਨੇ এডਿਕੇਸ਼ਨ ਦੇ ਕਿਸ ਤਰ੍ਹਾਂ ਦੇ ਹੋਣਗੇ ਟੂ ਪ੍ਰੋਵਾਈਡ ਗਾਈਡੈਂਸ ਟੂ ਦਾ ਪੀਪਲ ਯੂਨੀਵਰਸਲਾਈਜ਼ੇਸ਼ਨ ਆਫ এডਿਕੇਸ਼ਨ ਇਸ ਤਰ੍ਹਾਂ ਦੇ aims ਹੋਣਗੇ ਤੇ ਜੇਕਰ ਲੋਕ ਪੜ੍ਹੇ ਲਿਖੇ ਨੇ ਉਹਨਾਂ ਨੂੰ ਅਸੀਂ ਕਿਸੇ ਹੋਰ ਤਰੀਕੇ ਦੀ ਗਾਈਡੈਂਸ ਦੇਣਾ ਚਾਹੁੰਦੇ ਹਾਂ ਤਾਂ ਸਾਡੇ ਏਮਸ ਆਫ এডੂਕੇਸ਼ਨ ਉਹਦੇ ਅਕੋਰਡਿੰਗ ਬਣਾਂਗੇ ਇਸ ਕਰਕੇ ਜਿਹੜੀ ਕਮਿਊਨਿਟੀ ਇੰਗੇਜਮੈਂਟ ਹੈ ਉਹਦੇ ਨਾਲ ਆ ਜਿਹੜੇ এডੂਕੇਸ਼ਨ ਦੇ ਏਮ ਨਿਊ ਵੀ ਨਿਰਧਾਰਿਤ ਕੀਤੇ ਜਾਂਦੇ ਨੇ ਨੈਕਸਟ ਹੈ ਵੋਕੇਸ਼ਨਲ ਐਂਡ ਇੰਡਸਟਰੀਅਲ এডੂਕੇਸ਼ਨ ਫਿਰ ਜਿਹੜੀ ਵੋਕੇਸ਼ਨਲ এডੂਕੇਸ਼ਨ ਤੇ ਇੰਡਸਟਰੀਅਲ এডੂਕੇਸ਼ਨ ਹੈ ਉਹ ਵੀ ਕਮਿਊਨਿਟੀ ਦੇ ਅਕੋਰਡਿੰਗ ਹੀ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਦੀ ਕਮਿਊਨਿਟੀ ਦੇ ਵਿੱਚ ਬੱਚੇ ਦੀ ਸ਼ਮੂਲੀਅਤ ਹੋਏਗੀ ਉਸੇ ਤਰੀਕੇ ਨਾਲ ਹੀ ਉਥੋਂ ਦੇ ਵੋਕੇਸ਼ਨਸ ਦੇ ਨਾਲ ਰਿਲੇਟਡ ਤੇ ਜਿਸ ਤਰ੍ਹਾਂ ਨੇ ਉ ਉਸ ਤਰ੍ਹਾਂ ਦੀ এডਿਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਏਗੀ ਤੇ ਉੱਥੇ ਹੀ ਬੱਚਿਆਂ ਨੂੰ ਵਿਜ਼ਿਟ ਕਰਵਾਇਆ ਜਾਏਗਾ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਕੰਮਾਂ ਬਾਰੇ ਸਿੱਖ ਸਕਣ। ਨੈਕਸਟ ਹੈ ਅਡਲਟ এডਿਕੇਸ਼ਨ। ਬਾਲਗ ਸਿੱਖਿਆ। ਹੁਣ ਕਮਿਊਨਿਟੀ ਦੇ ਵਿੱਚ ਅਸੀਂ ਦੇਖਣਾ ਵੀ ਕਿਸ ਤਰ੍ਹਾਂ ਦੇ ਜਿਹੜੇ ਲੋਕ ਨੇ ਕਿੰਨੀ ਤੋਂ ਕਿੰਨੀ ਏਜ ਦੇ ਨਹੀਂ ਪੜੇ ਲਿਖੇ। ਤਾਂ ਅਸੀਂ ਜਦੋਂ ਅਸੀਂ ਬੱਚਿਆਂ ਨੂੰ ਕੋਈ ਪ੍ਰੋਜੈਕਟ ਦੇਣਾ ਜਾਂ ਅਸੀਂ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਤਾਂ ਉਹ ਚਸੀਂ ਦੇਖਣਾ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਜਿਹਦੇ ਵਿੱਚ ਅਸੀਂ ਅਡਲਟਸ ਨੂੰ ਐਜੂਕੇਟ ਕਰ ਸਕੀਏ। ਸਾਇਵਿਕ ਕਮਿਊਨਿਟੀ ਇੰਗੇਜਮੈਂਟ ਤੇ ਡਿਪੈਂਡ ਕਰਦਾ ਹੈ ਕਿ ਜਿਸ ਤਰ੍ਹਾਂ ਦੀ ਕਮਿਊਨਿਟੀ ਹੋਏਗੀ ਉਹ ਦੇ ਅਕੋਰਡਿੰਗ ਜਿਹੜੀ ਉੱਥੇ ਅਡਲਟ ਐਜੂਕੇਸ਼ਨ ਉਹ ਲੋਕਾਂ ਨੂੰ ਪ੍ਰੋਵਾਈਡ ਕੀਤੀ ਜਾਏਗੀ ਨੈਕਸਟ ਆ ਸਪੋਰਟ ਫਾਰ ਵੀਕਰ ਸੈਕਸ਼ਨਸ ਆਫ ਅ ਸੋਸਾਇਟੀ ਫਿਰ ਸੋਸਾਇਟੀ ਦੇ ਵਿੱਚ ਬਹੁਤ ਸਾਰੇ ਕਮਜ਼ੋਰ ਵਰਗਾਂ ਦੇ ਲੋਕ ਵੀ ਰਹਿੰਦੇ ਹੁੰਦੇ ਨੇ ਚਾਹੇ ਅਸੀਂ ਉਹਨਾਂ ਨੂੰ ਇਕਨੋਮਿਕਲੀ ਵੀਕ ਕਹਿ ਲਈਏ ਚਾਹੇ ਅਸੀਂ ਕਿਸੇ ਹੋਰ ਤਰੀਕੇ ਨਾਲ ਬੈਕਵਰਡ ਕਹਿ ਲਈਏ ਤਾਂ ਇਹਨਾਂ ਲੋਕਾਂ ਨੂੰ ਵੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਸਪੋਰਟ ਕਰਨਾ ਹੁੰਦਾ ਹੈ ਤਾਂ ਦੋ ਇਹਨਾਂ ਲੋਕਾਂ ਨੂੰ ਵੀ ਜਿਹੜਾ ਨਰ ਲਿਵਿੰਗ ਸਟੈਂਡਰਡ ਹੈ ਦੈਨ ਉਹਨੂੰ ਅਪ ਕੀਤਾ ਜਾ ਸਕੇ ਤੇ ਜਿਹੜੀ ਇਹਨਾਂ ਦੀ ਹੋਰ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਨੈਕਸਟ ਇਸ سپورਟ ਫਾਰ ਕੁਆਲਿਟੀ এডਿਕੇਸ਼ਨ ਫਿਰ ਕੁਆਲਿਟੀ ਦੀ এডਿਕੇਸ਼ਨ ਪ੍ਰੋਵਾਈਡ ਕਰਨ ਦੇ ਲਈ ਵੀ ਜਿਹੜੀ ਕਮਿਊਨਿਟੀ ਹੈ ਉਹ ਸਪੋਰਟ ਕਰਦੀ ਹੈ ਸਕੂਲਸ ਨੂੰ এডਿਕੇਸ਼ਨਲ ਇੰਸਟੀਟਿਊਟਸ ਨੂੰ ਕਿਉਂਕਿ ਅਸੀਂ ਫਸਟ ਪੁਆਇੰਟ ਦੇ ਵਿੱਚ ਹੀ ਕੀਤਾ ਸੀ ਕਿ ਜਿਹੜੀ ਕਮਿਊਨਿਟੀ ਹੈ ਉਹ ਕੰਟਰੋਲ ਕਰਦੀ ਹੈ এডਿਕੇਸ਼ਨ ਜੇ ਕਮਿਊਨਿਟੀ ਕੰਟਰੋਲ ਕਰੇਗੀ এডਿਕੇਸ਼ਨ ਤਾਂ ਹੀ ਉੱਥੇ ਕੁਆਲਿਟੀ ਦੀ এডਿਕੇਸ਼ਨ ਆਏਗੀ ਕਿਉਂਕਿ ਕਮਿਊਨਿਟੀ ਟਾਈਮ ਟੂ ਟਾਈਮ ਚੈੱਕ ਕਰ ਰਹੀ ਹੈ ਕਿ ਕਿਸ ਤਰੀਕੇ ਦੀ ਜਿਹੜੀ এডੂਕੇਸ਼ਨ ਸਾਡੇ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਸਾਡੇ ਬੱਚਿਆਂ ਦੇ ਨੀਡਸ ਨੇ ਕਿ ਉਹਦੇ ਅਕੋਰਡਿੰਗ ਹੈਲਪ ਹੁੰਦੀ ਹੈ ਜਾਂ ਨਹੀਂ ਹੁੰਦੀ ਇਸ ਕਰਕੇ ਜਿਹੜੀ ਕਮਿਊਨਿਟੀ ਇੰਗੇਜਮੈਂਟ ਹੈ ਉਹਦੇ ਵਿੱਚ ਕੁਆਲਿਟੀ এডੂਕੇਸ਼ਨ ਵੀ ਉਹਨੂੰ ਸਪੋਰਟ ਕੀਤਾ ਜਾਂਦਾ ਸਹੀ ਢੰਗ ਦੇ ਨਾਲ ਕਿਸ ਤਰੀਕੇ ਜਿਹੜੀ এডੂਕੇਸ਼ਨ ਉਹ ਬੱਚਿਆਂ ਨੂੰ ਦਿੱਤੀ ਜਾਵੇ ਇਹ ਇਨਾਂ ਦੇ ਲਈ ਬੈਨੀਫੀਸ਼ੀਅਲ ਹੈ ਨੈਕਸਟ ਹੈ ਡਾਇਰੈਕਸ਼ਨਸ ਟੂ এডੂਕੇਸ਼ਨ ਮੀਨਸ ਸਿੱਖਿਆ ਨੂੰ ਸਿੱਧ ਹੁਣ ਜੇ ਜਦੋਂ ਕਮਿਊਨਿਟੀ ਇੰਗੇਜਮੈਂਟ ਮੀਨਸ ਕਮਿਊਨਿਟੀ ਦੇ ਵਿੱਚ ਪਾਰਟਿਸਪੇਸ਼ਨ ਹੋਏਗੀ ਤਾਂ ਉਹਦੀ ਜਿਹੜੀ ਰੈਲੇਵੈਂਸੀ ਇਸ ਪੱਖ ਤੋਂ ਹੋਈ ਹੈ ਕਿਉਂਕਿ ਉਹਦੇ ਨਾਲ ਐਜੂਕੇਸ਼ਨ ਨੂੰ ਡਾਇਰੈਕਸ਼ਨਸ ਮਿਲਦੀਆਂ ਨੇ ਕਿ ਚੰਗੀ ਸਿਹਤ ਮਿਲਦੀ ਹੈ ਸਹੀ ਸਿਹਤ ਮਿਲਦੀ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਐਜੂਕੇਸ਼ਨ ਆਹੋ ਬੱਚਿਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਜਿਹੜੀ ਐਜੂਕੇਸ਼ਨ ਆਹੋ ਵਧੀਆ ਟੰਗ ਦੀ ਹੋਏਗੀ ਤਾਂ ਉਹਦੇ ਨਾਲ ਪੂਰੇ ਸਮਾਜ ਨੂੰ ਵੀ ਜਿਹੜੀ ਸਿਹਤ ਹੈ ਜਾਂ ਡਾਇਰੈਕਸ਼ਨ ਆਹੋ ਮਿਲਦੀ ਹੈ ਨੈਕਸਟ ਹੈ ਡਿਵੈਲਪਮੈਂਟ ਆਫ ਡੈਮੋਕਰੈਟਿਕ ਆਊਟਲੁੱਕ ਫਿਰ ਸਮਾਜਿਕ ਸ਼ਮੂਲੀਅਤ ਦੇ ਨਾਲ ਜਿਹੜੀ ਬੱਚਿਆਂ ਦੀ ਆਊਟਲੁੱਕ ਹੈ ਦ੍ਰਿਸ਼ਟੀਕੋਣ ਹੈ ਉਹ ਵੀ ਡੈਮੋਕਰੈਟਿਕ ਬਣਦਾ ਹੈ ਲੋਕਤੰਤਰੀ ਬਣਦਾ ਹੈ ਮੀਨਸ ਕਿ ਬੱਚਿਆਂ ਦੇ ਵਿੱਚ ਲੋਕਤੰਤਰੀ ਦ੍ਰਿਸ਼ਟੀਕੋਣ ਦਾ ਵਿਕਾਸ ਹੁੰਦਾ ਹੈ ਕਿਉਂਕਿ ਜਦੋਂ ਬੱਚਾ ਕਮਿਊਨਿਟੀ ਦੇ ਵਿੱਚ ਵਿਚਰੇਗਾ ਉਹਨੂੰ ਪਤਾ ਲੱਗੇ ਕਿ ਇਹ ਮੈਂ ਸੋਸਾਇਟੀ ਦੇ ਵਿੱਚ ਕਿਸ ਤਰੀਕੇ ਨਾਲ ਵਿਚਰਨਾ ਤੇ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਮੈਂ ਉਹਨਾਂ ਦੀ ਹੈਲਪ ਕਰਨੀ ਹੈ ਤੇ ਉਹਦੇ ਅਕੋਰਡਿੰਗ ਹੀ ਜਿਹੜੇ ਬੱਚੇ ਨੇ ਉਹਨਾਂ ਦਾ ਲੋਕਤੰਤਰੀ ਦ੍ਰਿਸ਼ਟੀਕੋਣ ਉਹਨਾਂ ਦੇ ਵਿੱਚ ਵਿਕਸਿਤ ਹੋਏਗਾ ਨੈਕਸਟ ਹੈ ਮੈਕਸਿਮਮ ਲਰਨਿੰਗ ਤਿਆਗਲੇ ਦੇ ਨਾਲ ਜਿਹੜੀ ਲਰਨਿੰਗ ਉਹ ਮੈਕਸਿਮਮ ਹੋਏਗੀ ਮੈਕਸਿਮਮ ਮੀਨਸ ਵੱਧ ਤੋਂ ਵੱਧ ਕਿਉਂਕਿ ਜਦੋਂ ਕਮਿਊਨਿਟੀ ਐਜੂਕੇਸ਼ਨ ਨੂੰ ਕੰਟਰੋਲ ਕਰੇਗੀ ਤਾਂ ਉਹਦੇ ਨਾਲ ਲਰਨਿੰਗ ਦੇ ਉੱਪਰ ਬੱਚਿਆਂ ਦੇ ਸਿੱਖਣ ਦੇ ਉੱਪਰ ਵੀ ਹੋਏਗਾ ਕਿ ਬੱਚੇ ਜਿਆਦਾ ਤੋਂ ਜਿਆਦਾ ਸਿੱਖਣ ਸਕੂਲ ਦੀ ਵੀ ਰਿਸਪੌਂਸਿਬਿਲਟੀ ਬਣੇਗੀ ਕਿ ਜਿਹੜੀ ਕਮਿਊਨਿਟੀ ਆ ਸਾਨੂੰ ਟਾਈਮ ਟੂ ਟਾਈਮ ਆ ਕੇ ਫੈਸਿਲਿਟੀਆਂ ਵੀ ਪ੍ਰੋਵਾਈਡ ਕਰਦੀ ਹੈ ਸਾਨੂੰ ਗਾਈਡਲਾਈਨਸ ਵੀ ਦੇ ਰਹੀ ਹੈ ਸਾਡੀ ਹੈਲਪ ਵੀ ਕਰ ਰਹੀ ਹੈ ਤਾਂ ਉਹਦੇ ਅਕੋਰਡਿੰਗ ਟੀਚਰ ਨੂੰ ਜਦੋਂ ਫੈਸਿਲਿਟੀਆਂ ਮਿਲਣਗੀਆਂ ਤਾਂ ਉਹ ਜਿਹੜੀ ਲਰਨਿੰਗ ਹੈ ਸਿੱਖਣ ਆ ਉਹਦੇ ਵੱਲ ਜ਼ਿਆਦਾ ਧਿਆ ਜਿਆਦਾ ਸਿੱਖਣ ਹੋਏਗਾ ਨੈਕਸਟ ਹੈ ਵਰਲਡਵਾਈਡ ਫੀਨੋਮਨਾ ਹੁਣ ਇਹ ਵਰਲਡਵਾਈਡ ਫੀਨੋਮਨਾ ਵੀ ਹੈ ਮੀਨਸ ਪੂਰੇ ਵਰਲਡ ਦੇ ਵਿੱਚ ਇਹ ਗੱਲ ਹੈ ਕਿ ਜਿਹੜੀ ਕਮਿਊਨਿਟੀ ਹੈ ਉਹਦੀ ਸ਼ਮੂਲੀਅਤ ਹੋਣੀ ਜ਼ਰੂਰੀ ਹੈ ਐਜੂਕੇਸ਼ਨ ਦੇ ਵਿੱਚ ਕਿਉਂਕਿ ਜਿੰਨੀ ਦੇਰ ਤੱਕ ਜਿਹੜੀ ਕਮਿਊਨਿਟੀ ਉਹ ਆਪਣੀ ਪਾਰਟਿਸਪੇਸ਼ਨ ਨਹੀਂ ਦੇਏਗੀ ਆਪਣਾ ਜਿਹੜਾ ਰੋਲ ਹੈ ਉਹ ਪਲੇ ਨਹੀਂ ਕਰੇਗੀ ਉਨੀ ਦੇਰ ਤੱਕ ਐਜੂਕੇਸ਼ਨ ਨੂੰ ਸਹੀ ਟਰੈਕ ਤੇ ਨਹੀਂ ਲਿਆ ਜਾ ਸਕਦਾ ਹੁਣ ਕਮਿਊਨਿਟੀ ਨੂੰ ਜ਼ਿਆਦਾ ਪਤਾ ਹੈ ਮੀਨਸ ਜਿਹੜਾ ਸਮਾਜ ਹੈ ਉਹਨੂੰ ਜ਼ਿਆਦਾ ਪਤਾ ਹੁੰਦਾ ਕਿ ਕਿਸ ਤਰੀਕੇ ਦੀ ਐਜੂਕੇਸ਼ਨ ਦੀ ਸਾਨੂੰ ਜ਼ਰੂਰਤ ਹੈ ਇਸ ਕਰਕੇ ਇਹਨੂੰ ਵਰਲਡਵਾਈਡ ਫੀਨੋਮਨਾ ਵੀ ਕਿਹਾ ਜਾਂਦਾ ਹੈ ਨੈਕਸਟ ਹੈ ਪ੍ਰੋਵੀਜ਼ਨ ਆਫ ਗਰਲਸ এডੂਕੇਸ਼ਨ ਅਗਲਾ ਕੇਸ ਨਾਲ ਜਿਹੜੀਆਂ ਗਰਲਸ ਨੇ ਉਹਨਾਂ ਦੀ এডੂਕੇਸ਼ਨ ਦਾ ਪ੍ਰਬੰਧ ਵੀ ਹੋਏਗਾ ਜਿਵੇਂ ਕਿ ਉਹਨਾਂ ਦੇ ਰਹਿਣ ਦੇ ਲਈ ਹੌਸਟਲ ਜਾਂ ਉਹਨਾਂ ਦੇ ਲਈ ਗਰਲਸ ਲਈ ਅਲੱਗ ਤੋਂ ਫੈਸਿਲਿਟੀਆਂ ਤਾਂ ਇਹ ਕਿਹਨੇ ਪ੍ਰੋਵਾਈਡ ਕਰਨੀਆਂ ਨੇ ਕਮਿਊਨਿਟੀ ਨੇ ਡੀਅਰ ਸਟੂਡੈਂਟਸ ਇਸੀ ਆਪਣਾ ਕੰਟੈਂਪੋਰੀ ਰੈਲੇਵੈਂਸ ਆਫ ਕਮਿਊਨਿਟੀ ਇੰਗੇਜਮੈਂਟ ਮੈਂ ਉਮੀਦ ਕਰਦੀ ਆਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ